ਵੀ ਕਹਿਣ ਦੀ ਗੱਲ ਨੀਗੀ, ਸਿਆਲਕੋਟ ਦੇ ਮਲਕ ਬਰਾਦਰੀ ਨੇ ਨਾ ਅਖੀਰ ਕਰ ਦਿੱਤੀ ਹੈ। ਮੈਂ ਕਹਿੰਦਾ ਕਿ 10,000 ਬੰਦਾ ਪੈਸੇ ਲੁੱਟਣ ਵਾਲਾ ਸੀ ਅਤੇ ਉਹ ਚੰਦ 100 ਬੰਦੇ ਪੈਸੇ ਲੁਟਾਉਣ ਵਾਲੇ ਸਨ, ਅਤੇ ਉਹਨਾਂ ਨੇ ਇੰਨੀ ਦੇਰ ਪੈਸੇ ਲੁਟਾਏ ਕਿ ਪੈਸੇ ਲੁੱਟਣ ਵਾਲੇ ਜਿਹੜੇ ਨੇ ਨਾ ਉਹ ਹੱਕੇ ਬੱਕੇ ਹੋ ਗਏ, ਉਹ ਥੱਕ ਗਏ, ਉਹਨਾਂ ਦੇ ਕੋਲ ਪੈਸੇ ਰੱਖਣ ਨੂੰ ਥਾਂ ਮੁੱਕ ਗਿਆ, ਲੇਕਿਨ ਉਹ ਬੰਦਿਆਂ ਪੈਸੇ ਲੁਟਾਉਣੋਂ ਨਹੀਂ ਹਟੇ। ਫਿਰ ਉਹਨਾਂ ਵਿੱਚੋਂ ਇੱਕ ਬੰਦੇ ਅਕਲਮੰਦੀ ਕੀਤੀ ਕਿ ਯਾਰ ਇੰਨਾ ਹਬਸ ਹੋ ਗਿਆ, ਲੋਕਾਂ 'ਤੇ ਚੜ੍ਹਨ ਦੇ ਨੇ ਔਰ ਇੰਨੀ ਦੁਨੀਆ ਇਕੱਠੀ ਹੋਈ ਪਈ ਆ, ਇੰਨਾ ਆਦਮ ਇਕੱਠਾ ਹੋ ਗਿਆ ਆ ਪੂਰੇ ਸਿਆਲਕੋਟ ਤੋਂ ਲੈ ਕੇ ਅਤੇ ਸ਼ੇਖੂਪੁਰੇ ਤੱਕ ਜਿਹੜੇ ਜਿਹੜੇ ਲੋਕਾਂ ਨੇ ਬਰਾਤ ਜਾਂਦੀ ਵੇਖੀ ਹੈ ਨਾ ਅਤੇ ਉਹ ਨਾਲ ਹੀ ਤੁਰਿਆ ਆਇਆ ਹੈ, ਸ਼ੇਖੂਪੁਰੇ ਤੱਕ ਲੋਕ ਆਏ ਨੇ। ਅਤੇ ਫਿਰ ਲਾਹੌਰੋਂ ਸੁਣਿਆ ਕਿ ਦੁਨੀਆ ਪੈਸੇ ਲੁੱਟਣ ਵਾਲੀ ਗਈ ਸੀ, ਪੈਸੇ ਉਹਨਾਂ ਲੋਕਾਂ ਹੀ ਲੁੱਟੇ ਨੇ ਜਿਹੜੇ ਮਾੜੇ ਨੇ, ਲੇਕਿਨ ਉਹਨਾਂ ਦੀ ਗੁਰਬਤ ਨਿਕਲ ਗਈ ਆ। ਯਕੀਨ ਕਰੋ ਉਹਨਾਂ ਨੇ ਬੜਾ ਹੀ ਸਵਾਦ ਦਿੱਤਾ ਆ, ਟਿਕਟੋਕ ਦੇ ਉੱਤੇ ਤਾਂ ਜਮ੍ਹਾਂ ਇਹਨਾਂ ਦੀ ਮਸ਼ਹੂਰੀ ਹੋਈ ਪਈ ਆ, ਹਰ ਥਾਂ 'ਤੇ ਵੀਡੀਓ ਨਜ਼ਰ ਆਉਂਦੀ ਆ, ਕਾਲੀਆਂ ਪੱਗਾਂ, ਕਾਲੇ ਸੂਟ ਪਾ ਕੇ, ਜਨਾਬ ਹੋਂਡਾ ਕੰਪਨੀ ਦੀ ਕਿੱਡੀ ਵੱਡੀ ਗੱਡੀ ਹੁੰਦੀ ਹੈ ਯਾਰ, ਵੇਖੋ ਤੁਸੀਂ ਉਹ ਪੂਰੀ ਛੱਤ 'ਤੇ ਖਲੋਤੇ ਨੇ ਬਰੀਫ ਕੇਸ ਭਰੇ ਨੋਟਾਂ 'ਤੇ ਲੈ ਕੇ, ਉਹਨਾਂ ਨੇ ਛਾਂ ਕਰ ਦਿੱਤੀ ਨੋਟਾਂ ਦੀ, ਇੰਨੇ ਨੋਟ ਸੁੱਟੇ ਨੇ, ਹਜ਼ਾਰ ਹਜ਼ਾਰ, 500, 100-100 ਅਤੇ 50-50 ਵਾਲੇ ਨੋਟ ਯਾਰ ਅਖੀਰ ਨਹੀਂ ਕਰ ਦਿੱਤੀ। ਮੈਂ ਕਹਿੰਦਾ ਇਹੋ ਜਿਹਾ ਪਿਆਰ ਮਲਕ ਸਾਹਿਬ ਤੁਸੀਂ ਮੁਹੱਬਤ ਆਪਣੇ ਭਾਈ ਨਾਲ ਕੀਤੀ, ਆਪਣੇ ਦੋਸਤਾਂ ਨਾਲ ਕੀਤੀ, ਤੁਹਾਡੇ ਦੋਸਤਾਂ ਨੇ ਤੁਹਾਡੇ ਨਾਲ ਕੀਤੀ, ਅਤੇ ਪਤਾ ਚੱਲਿਆ ਕਿ ਯਾਰ ਮਲਕ ਬਰਾਦਰੀ ਦਾ ਜਿਹੜਾ ਨਾ ਵਿਆਹ ਹੋਇਆ ਆ, ਅਤੇ ਇਹ ਪਾਕਿਸਤਾਨ ਦਾ ਐਡਾ ਵੱਡਾ ਸ਼ਹਾਨਾ ਵਿਆਹ। ਮੈਂ ਕਹਿੰਦਾ ਹਾਂ ਕਿ ਅੰਬਾਨੀ ਅਤੇ ਜਿਹੜਾ ਉਹ ਮਸ਼ਹੂਰ ਹੋਇਆ ਹੀ ਹੋਇਆ ਸੀ ਇੰਡੀਆ ਦਾ ਜਿਹੜਾ ਅਮੀਰ ਤਰੀਨ ਸ਼ਖਸ ਆ ਏਸ਼ੀਆ ਦਾ, ਉਹਨੇ ਵਿਆਹ ਕੀਤਾ ਉਸ ਤਰ੍ਹਾਂ ਨਾਲ ਬੜਾ ਮਸ਼ਹੂਰ ਹੋ ਗਿਆ, ਲੇਕਿਨ ਸਿਆਲਕੋਟੀਓ ਤੁਸੀਂ ਕਮਾਲ ਕਰ ਦਿੱਤੀ।